ਇਹ ਤਸਵੀਰਾਂ ਨੇਪਾਲ ਦੇ ਕਾਠਮਾਂਡੂ ਹਵਾਈ ਅੱਡੇ ਤੇ ਹੋਏ ਜਹਾਜ਼ ਕ੍ਰੈਸ਼ ਦੀਆਂ ਰੂਹ ਕੰਬਾਉਣ ਵਾਲੀਆਂ ਤਸਵੀਰਾਂ ਕਿ ਕਿਵੇਂ ਜਹਾਜ਼ ਕ੍ਰੈਸ਼ ਹੋਇਆ ਜਿਸ ਵਿੱਚ ਅੱਖਾਂ ਚਪਕਦੇ ਹੀ 18 ਲੋਕਾਂ ਦੀ ਜਾਨ ਚਲੀ ਗਈ। ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ ਜੋ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਹਾਜ਼ ਲੈਂਡ ਕਰਦਾ ਹੈ ਤੇ ਇੱਕੋ ਦਮ ਧਮਾਕਾ ਹੋ ਜਾਂਦਾ ਹੈ। ਦੇਖਦੇ ਹੀ ਦੇਖਦੇ ਜਹਾਜ਼ ਅੱਗ ਦੀ ਲਪੇਟ ਵਿੱਚ ਆ ਜਾਂਦਾ ਹੈ। ਇਹ ਭਿਆਨਕ ਤਸਵੀਰਾਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਕਿਵੇਂ चंद ਹੀ ਸਕਿੰਟਾਂ ਵਿੱਚ 18 ਜ਼ਿੰਦਗੀਆਂ ਖਤਮ ਹੋ ਗਈਆਂ। ਇਸ ਵਿੱਚ ਕੰਪਨੀ ਦੇ ਹੀ ਮੈਂਬਰ ਸਨ। ਇਸ ਹਾਦਸੇ ਵਿੱਚ ਪਾਇਲਟ ਨੂੰ ਸਹੀ ਸਲਾਮਤ ਬਾਹਰ ਕੱਢ ਕੇ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਤੇ ਬਾਕੀ 18 ਲਾਸ਼ਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਆਖਿਰ ਇਹ ਘਟਨਾ ਹੋਈ ਕਿਵੇਂ ਹਵਾਈ ਅੱਡੇ ਦੇ ਮੁਖੀ ਜਗਨਨਾਥ ਵੱਲੋਂ ਦੱਸਿਆ ਗਿਆ ਕਿ ਜਹਾਜ਼ ਉਡਾਣ ਭਰਦੇ ਹੀ ਸੱਜੇ ਪਾਸੇ ਮੁੜ ਗਿਆ ਬਲਕਿ ਉਸਨੇ ਖੱਬੇ ਪਾਸੇ ਮੁੜਨਾ ਸੀ ਹਾਸਾ ਉਡਾਣ ਭਰਦੇ ਹੀ ਕੁਝ ਹੀ ਮਿੰਟਾਂ ਵਿੱਚ ਹੋ ਗਿਆ ਪਰ ਹਾਸੇ ਦੀ ਅਸਲ ਵਜ੍ਹਾ ਜਾਂਚ ਦਾ ਵਿਸ਼ਾ ਹੈ ਨੇਪਾਲ ਵਿੱਚ ਇਹ ਹਾਸਾ ਪਹਿਲੀ ਵਾਰੀ ਨਹੀਂ ਵਾਪਰਿਆ ਇਸ ਤੋਂ ਵੀ ਪਹਿਲਾਂ ਕਈ ਇਸ ਤਰ੍ਹਾਂ ਦੇ ਹਾਸੇ ਵਾਪਰੇ ਨੇ ਜਿਸ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ